ਟੀਵੀਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਟੀਵੀਐਨ ਇਲੈਕਸ਼ਨ ਸਪੈਸ਼ਲ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਪਾਂ ਆਪਣੇ ਇਸ ਪ੍ਰੋਗਰਾਮ ਦੇ ਦੌਰਾਨ ਪੰਜਾਬ ਦੀਆਂ ਵੱਖ-ਵੱਖ ਸੀਟਾਂ ਵੱਖ-ਵੱਖ ਸੰਸਦੀ ਹਲਕਿਆਂ ਦੇ ਉੱਤੇ ਬੀਤੇ ਦਿਨਾਂ ਤੋਂ ਚਰਚਾ ਕਰਦੇ ਆ ਰਹੇ ਹਾਂ। ਅੱਜ ਚਰਚਾ ਕਰਾਂਗੇ ਬਠਿੰਡਾ ਦੀ। ਉਮੀਦ ਹੈ ਕਿ ਪਿਛਲੀਆਂ ਰਿਪੋਰਟਸ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਅਤੇ ਬਠਿੰਡਾ ਦੇ ਉੱਤੇ ਅੱਜ ਨਜ਼ਰ ਮਾਰਾਂਗੇ। ਬਠਿੰਡਾ ਇਸ ਵਕਤ ਪੰਜਾਬ ਦੀ ਹੌਟ ਸੀਟ ਬਣ ਚੁੱਕੀ ਹੈ ਅਤੇ ਜੇਕਰ ਬਠਿੰਡੇ ਤੋਂ ਚੋਣ ਲੜਨ ਵਾਲੇ ਉਮੀਦਵਾਰਾਂ 'ਤੇ ਨਜ਼ਰ ਮਾਰੀਏ ਤਾਂ ਇਹ ਆਖਿਆ ਜਾ ਸਕਦਾ ਕਿ ਲਗਭਗ ਸਾਰੇ ਹੀ ਬਠਿੰਡਾ ਤੋਂ ਚੋਣ ਲੜਨ ਵਾਲੇ ਉਮੀਦਵਾਰਾਂ ਦਾ ਕਿਤੇ ਨਾ ਕਿਤੇ ਨਾਤਾ ਜਾਂ ਪਿਛੋਕੜ ਅਕਾਲੀਆਂ ਨਾਲ ਜੁੜਦਾ ਹੈ। ਬੀਬਾ ਹਰਸਿਮਰਤ ਕੌਰ ਬਾਦਲ ਤਾਂ ਅਕਾਲੀ ਦਲ ਦੀ ਟਿਕਟ 'ਤੇ ਹੀ ਇਸ ਵਾਰ ਫਿਰ ਚੋਣ ਮੈਦਾਨ 'ਚ ਨੇ। ਗੁਰਮੀਤ ਸਿੰਘ ਖੁੱਡੀਆਂ ਅਕਾਲੀ ਪਰਿਵਾਰ ਦੇ ਨਾਲ ਸੰਬੰਧਿਤ ਰਹੇ ਹੈ, ਅੱਜ ਵੀ ਲੋਕ ਉਹਨਾਂ ਨੂੰ ਸਤਿਕਾਰ ਵਜੋਂ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਕਹਿ ਕੇ ਬੁਲਾਉਂਦੇ ਹੈ। ਜੀਤ ਮਹਿੰਦਰ ਸਿੰਘ ਸਿੱਧੂ ਜਿਹੜੇ ਕਾਂਗਰਸ ਦੀ ਟਿਕਟ ਤੋਂ ਚੋਣ ਲੜ ਰਹੇ ਨੇ, ਉਹ ਵੀ ਅਕਾਲੀ ਦਲ ਦਾ ਹਿੱਸਾ ਰਹਿ ਚੁੱਕੇ ਨੇ। ਬੀਬੀ ਪਰਮਪਾਲ ਕੌਰ ਮਲੂਕਾ ਜਿਹੜੇ ਇਸ ਵਕਤ ਭਾਜਪਾ ਦੀ ਟਿਕਟ ਤੋਂ ਚੋਣ ਲੜ ਰਹੇ ਨੇ, ਉਹ ਸਿਕੰਦਰ ਸਿੰਘ ਮਲੂਕਾ ਦੀ ਨੂੰਹ, ਭਾਵ ਉਹ ਵੀ ਅਕਾਲੀ ਪਰਿਵਾਰ ਦੇ ਵਿੱਚੋਂ। ਇਸੇ ਤਰੀਕੇ ਨਾਲ ਲੱਖਾ ਸਿਧਾਣਾ ਅਕਾਲੀ ਦਲ ਅੰਮ੍ਰਿਤਸਰ ਵਜੋਂ ਜੋ ਚੋਣ ਮੈਦਾਨ 'ਚ ਨੇ, ਉਹ ਵੀ ਸਿਕੰਦਰ ਸਿੰਘ ਮਲੂਕਾ ਅਤੇ ਅਕਾਲੀਆਂ ਦੇ ਖਾਸ ਮਖਾਸ ਰਹਿ ਚੁੱਕੇ ਨੇ। ਫਿਰ ਕੀ ਇਹ ਆਖਿਆ ਜਾ ਸਕਦਾ ਕਿ ਅਕਾਲੀ ਹੀ ਅਕਾਲੀ ਨੂੰ ਹਰਾਉਣਗੇ ਜਾਂ ਜਿਤਾਉਣਗੇ? ਕੌਣ ਜਿੱਤੇਗਾ, ਕੌਣ ਹਾਰੇਗਾ, ਇਹ ਤਾਂ ਚੋਣ ਨਤੀਜੇ ਤੈਅ ਕਰਨਗੇ। ਪਰ ਅੱਜ ਆਪਾਂ ਚਰਚਾ ਕਰਨੀ ਹੈ ਬਠਿੰਡਾ ਸੰਸਦੀ ਹਲਕੇ ਦੀ, ਪੰਜਾਬ ਦੀ ਹੌਟ ਸੀਟ ਦੀ, ਜਿੱਥੇ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਭਾਵ ਬਾਦਲ ਪਰਿਵਾਰ ਦੀ ਇੱਜ਼ਤ ਇਸ ਵਕਤ ਦਾਅ 'ਤੇ ਲੱਗੀ ਹੋਈ ਹੈ। ਚਰਚਿਤ ਸੀਟ ਹੈ। ਪਹਿਲਾਂ ਸੰਖੇਪ ਨਜ਼ਰ ਮਾਰਾਂਗੇ ਬਠਿੰਡਾ 'ਤੇ। ਬਠਿੰਡਾ ਤੀਜੀ ਸ਼ਤਾਬਦੀ 'ਚ ਹੋਂਦ 'ਚ ਆਇਆ ਅਤੇ ਇਸ ਵਕਤ 21ਵੀਂ ਸ਼ਤਾਬਦੀ ਚੱਲ ਰਹੀ ਹੈ। ਤਤਕਾਲੀ ਰਾਜੇ ਬਾਲ ਰਵ ਭੱਟੀ ਨੇ ਇੱਥੋਂ ਜੰਗਲਾਂ ਨੂੰ ਸਾਫ਼ ਕੀਤਾ, ਬਠਿੰਡਾ ਸ਼ਹਿਰ ਹੋਂਦ ਵਿੱਚ ਆਉਂਦਾ। ਫਿਰ ਭਾਰਤ ਦੇ ਤਖ਼ਤ 'ਤੇ ਰਾਜ ਕਰਨ ਵਾਲੀ ਪਹਿਲੀ ਮਹਿਲਾ ਰਜ਼ੀਆ ਸੁਲਤਾਨਾ ਨੂੰ ਵੀ ਇਸੇ ਸ਼ਹਿਰ ਦੇ ਵਿੱਚ ਕੈਦ ਕਰਕੇ ਰੱਖਿਆ ਗਿਆ ਸੀ। ਅਤੇ ਹੁਣ ਗੱਲ ਕਰਦੇ ਹਾਂ 2024 ਦੀਆਂ ਲੋਕ ਸਭਾ ਚੋਣਾਂ ਦੀ। ਇਹ ਚੋਣ ਵੀ ਕਿਸੇ ਸਿਆਸੀ ਇਤਿਹਾਸਕ ਘਟਨਾ ਤੋਂ ਘੱਟ ਨਹੀਂ ਹੈ, ਕਿਉਂਕਿ ਪੰਜਾਬ ਦੇ ਸਭ ਤੋਂ ਵੱਡੇ ਸਿਆਸੀ ਖਾਨਦਾਨ ਬਾਦਲ ਪਰਿਵਾਰ ਦੀ ਇੱਜ਼ਤ ਇਸ ਵਕਤ ਦਾਅ 'ਤੇ ਹੈ। 2 ਸਾਲ ਪਹਿਲਾਂ ਜੇਕਰ ਬਠਿੰਡਾ ਦੇ ਸਿਆਸੀ ਸਮੀਕਰਨਾਂ 'ਤੇ ਨਜ਼ਰ ਮਾਰੀਏ, ਕੁਝ ਵੱਖਰੇ ਸਨ। ਬਠਿੰਡਾ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਰਿਕਾਰਡ ਫਰਕ ਨਾਲ ਹੂੰਝਾ ਫਿਰੂ ਜਿੱਤ ਦਰਜ ਕੀਤੀ। ਬਿਲਕੁਲ ਨਵੀਂ ਪਾਰਟੀ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਦੀ ਅਗਵਾਈ 'ਚ ਜਦੋਂ ਉਹਨਾਂ ਨੇ ਚੋਣ ਲੜੀ, ਅਤੇ ਉਹਨਾਂ ਵਾਸਤੇ ਵੀ ਟੈਸਟ ਹੈ। ਬਠਿੰਡਾ ਸੰਸਦੀ ਹਲਕੇ ਦੇ ਅਧੀਨ ਆਉਣ ਵਾਲੇ ਵਿਧਾਨ ਸਭਾ ਹਲਕਿਆਂ 'ਚ ਲੰਬੀ, ਭੁੱਚੋ ਮੰਡੀ, ਬਠਿੰਡਾ ਸ਼ਹਿਰੀ, ਬਠਿੰਡਾ ਪੇਂਡੂ, ਤਲਵੰਡੀ ਸਾਬੋ, ਮੌੜ, ਮਾਨਸਾ, ਸਰਦੂਲਗੜ੍ਹ ਅਤੇ ਬੁਢਲਾਡਾ ਇਹ ਹਲਕੇ ਆਉਂਦੇ ਹੈ। ਅਤੇ ਇਹ ਸਾਰੇ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ। ਲੰਬੀ ਤੋਂ ਇਸ ਵਕਤ ਆਪ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੇ, ਭੁੱਚੋ ਮੰਡੀ ਤੋਂ ਮਾਸਟਰ ਜਗਸੀਰ ਸਿੰਘ ਨੇ, ਬਠਿੰਡਾ ਸ਼ਹਿਰੀ ਤੋਂ ਜਗਰੂਪ ਸਿੰਘ ਗਿੱਲ ਨੇ, ਬਠਿੰਡਾ ਪੇਂਡੂ ਤੋਂ ਅਮਿਤ ਰਤਨ ਕੋਟਫਤਾ, ਤਲਵੰਡੀ ਸਾਬੋ ਤੋਂ ਪ੍ਰੋਫੈਸਰ ਬਲਜਿੰਦਰ ਕੌਰ, ਮੌੜ ਤੋਂ ਸੁਖਵੀਰ ਸਿੰਘ ਮੈਸਰਖਾਨਾ, ਮਾਨਸਾ ਤੋਂ ਵਿਜੇ ਸਿੰਗਲਾ, ਸਰਦੂਲਗੜ੍ਹ ਤੋਂ ਗੁਰਪ੍ਰੀਤ ਸਿੰਘ ਬਣਾਵਾਲੀ ਅਤੇ ਬੁਢਲਾਡਾ ਤੋਂ, ਜਿਸ ਨੂੰ ਇਲਾਕੇ ਦੇ ਲੋਕ ਬੁਢਲਾਡਾ ਕਹਿ ਦਿੰਦੇ ਹੈ,
ਉੱਥੋਂ ਪ੍ਰਿੰਸੀਪਲ ਬੁੱਧ ਰਾਮ। ਇਹ ਸਾਰਿਆਂ ਨੇ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਲੜੀ ਅਤੇ ਹੁੰਝਾ ਫਿਰੂ ਜਿੱਤ ਦਰਜ ਕੀਤੀ। ਹੋਰ ਕਿਸੇ ਪਾਰਟੀ ਦਾ ਇੱਥੋਂ ਇਹਨਾਂ ਨੇ ਖਾਤਾ ਤੱਕ ਨਾ ਖੋਲ੍ਹਣ ਦਿੱਤਾ, ਪਰ 2022 ਅਤੇ 24 ਦੇ ਦਰਮਿਆਨ ਸਮੀਕਰਨ ਬਦਲੇ ਹੋਏ ਨੇ। ਇਸੇ ਤਰ੍ਹਾਂ ਜੇਕਰ 1952 ਤੋਂ ਲੈ ਕੇ 2019 ਤੱਕ ਦੀਆਂ ਹੋਈਆਂ ਚੋਣਾਂ 'ਤੇ ਨਜ਼ਰ ਮਾਰੀਏ ਤਾਂ 1952 ਅਤੇ 1957 ਵਿੱਚ ਕਾਂਗਰਸ ਦੇ ਹੁਕਮ ਸਿੰਘ, 1962 ਵਿੱਚ ਅਕਾਲੀ ਦਲ ਦੇ ਧੰਨਾ ਸਿੰਘ ਗੁਲਸ਼ਨ, 1967 ਵਿੱਚ ਅਕਾਲੀ ਦਲ ਦੇ ਕਿੱਕਰ ਸਿੰਘ, 1971 ਵਿੱਚ CPI ਦੇ ਭਾਨ ਸਿੰਘ ਭੌਰਾ, 1977 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਧੰਨਾ ਸਿੰਘ ਗੁਲਸ਼ਨ, 1980 ਵਿੱਚ ਕਾਂਗਰਸ ਦੇ ਹਾਕਮ ਸਿੰਘ, 1984 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਤੇਜਾ ਸਿੰਘ ਦਰਦੀ, 1999 ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬਾਬਾ ਸੁੱਚਾ ਸਿੰਘ, 1991 ਵਿੱਚ ਕਾਂਗਰਸ ਦੇ ਕੇਵਲ ਸਿੰਘ, 1996 ਵਿੱਚ ਅਕਾਲੀ ਦਲ ਦੇ ਹਰਿੰਦਰ ਸਿੰਘ ਖਾਲਸਾ, 1998 ਵਿੱਚ ਅਕਾਲੀ ਦਲ ਦੇ ਚੇਤਨ ਸਿੰਘ ਸਮਾਓ, 1999 ਦੇ ਵਿੱਚ CPI ਦੇ ਇੱਕ ਵਾਰ ਫਿਰ ਤੋਂ ਭਾਨ ਸਿੰਘ ਭੌਰਾ, 2004 ਦੇ ਵਿੱਚ ਪਰਮਜੀਤ ਕੌਰ ਗੁਲਸ਼ਨ, ਅਤੇ ਉਹਨਾਂ ਤੋਂ ਬਾਅਦ ਇਹ ਜਦੋਂ ਰਿਜ਼ਰਵ ਸੀਟ ਟੁੱਟ ਜਾਂਦੀ ਹੈ ਜਨਰਲ ਹੁੰਦੀ ਹੈ 2009 'ਚ, 2014 'ਚ ਅਤੇ ਫਿਰ 2019 'ਚ। ਹਰਸਿਮਰਤ ਕੌਰ ਬਾਦਲ ਨੇ ਇੱਥੋਂ ਲਗਾਤਾਰ ਚੋਣ ਜਿੱਤੀ, ਪਾਵੋ ਹੈਟ੍ਰਿਕ ਮਾਰ ਚੁੱਕੇ ਨੇ। ਇਸ ਤਰ੍ਹਾਂ 1996 ਤੋਂ ਭਾਵ ਲਗਭਗ 28 ਸਾਲ ਤੋਂ ਜਿੱਤ ਲਈ ਤਰਸ ਰਹੀ ਹੈ ਕਾਂਗਰਸ ਪਾਰਟੀ। ਇਹ ਆਖ ਸਕਦਾ ਕਿ ਜਿਵੇਂ ਮੁੱਠੀ ਦੇ ਵਿੱਚੋਂ ਰੇਤ ਗਿਰ ਜਾਂਦੀ ਹੈ, ਕਈ ਵਾਰੀ ਜਿੱਤ ਇਹਨਾਂ ਦੀ ਮੁੱਠੀ 'ਚੋਂ ਘਿਰੀ ਹੈ। ਅਤੇ ਇਸ ਵਾਰ ਕਾਂਗਰਸ ਦੇ ਉਮੀਦਵਾਰ ਮੁੜ ਤੋਂ ਚੋਣ ਮੈਦਾਨ 'ਚ ਵੀ ਨੇ। ਬਠਿੰਡਾ ਦੇ ਮੌਜੂਦਾ ਸਿਆਸੀ ਸਮੀਕਰਨ ਨੇ ਜਿਹੜੇ, ਜਿੱਤ ਹਾਰ ਦਾ ਸੰਕੇਤ ਕੀ ਹੋਏਗਾ, ਉਹ ਸਿਆਸੀ ਸਮੀਕਰਨਾਂ ਦੇ ਉੱਤੇ ਨਜ਼ਰ ਮਾਰਨ ਦੀ ਲੋੜ ਹੈ। ਸਿਆਸੀ ਇਤਿਹਾਸ ਦੀ ਨਬਜ਼ ਟਟੋਲਣ ਲਈ ਸਭ ਤੋਂ ਪਹਿਲਾਂ ਬਠਿੰਡਾ ਹਲਕੇ ਦੇ ਸਿਆਸੀ ਸੁਭਾਅ ਨੂੰ ਸਮਝਣਾ ਜ਼ਰੂਰੀ ਹੋਏਗਾ, ਫਿਰ ਇਸ ਵਾਰ ਦੇ ਸਮੀਕਰਨ ਪੜਚੋਲ ਕਰ ਸਕਾਂਗੇ, ਉਹ ਵੀ ਨਿਰਪੱਖ ਤਰੀਕੇ ਨਾਲ ਸਿਆਸੀ ਤਸਵੀਰ ਤੁਹਾਡੇ ਸਾਹਮਣੇ ਪੇਸ਼ ਹੋ ਸਕੇਗੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਾਂਗਰਸ ਦੀ। 28 ਵਰ੍ਹਿਆਂ ਤੋਂ ਜਿੱਤ ਵਾਸਤੇ ਤਰਸ ਰਹੀ ਹੈ ਇੱਥੋਂ ਕਾਂਗਰਸ। ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ 14 ਲੱਖ ਦੇ ਕਰੀਬ ਵੋਟਰ ਹੈ। 1952 ਤੋਂ ਲੈ ਕੇ 2019 ਤੱਕ, ਹੁਣ ਤੱਕ 19 ਵਾਰ ਇੱਥੇ ਚੋਣਾਂ ਹੋਈਆਂ ਨੇ। ਕਾਂਗਰਸ ਬਠਿੰਡਾ ਤੋਂ ਸਿਰਫ 2 ਵਾਰ ਜਿੱਤ ਸਕੀ ਹੈ। 1996 ਤੋਂ 2019 ਤੱਕ ਕਾਂਗਰਸ ਇਸ ਸੀਟ 'ਤੇ ਇੱਕ ਵਾਰ ਵੀ ਜਿੱਤ ਦਰਜ ਨਾ ਕਰ ਸਕੀ। ਭਾਵ ਇੱਕ ਗੱਲ ਸਾਫ ਹੈ ਕਿ ਪੰਜਾਬ ਦੀ ਬਠਿੰਡਾ ਸੀਟ ਅਜਿਹੀ ਹੈ ਜਿੱਥੇ ਕਾਂਗਰਸ ਸਭ ਤੋਂ ਜ਼ਿਆਦਾ ਕਮਜ਼ੋਰ ਆਖੀ ਜਾ ਸਕਦੀ ਹੈ, ਪਰ 2 ਵਾਰ CPI ਨੇ ਇਸ ਸੀਟ ਨੂੰ ਜਿੱਤਿਆ। ਪਹਿਲੀ ਵਾਰ 1971 ਦੇ ਵਿੱਚ ਭਾਨ ਸਿੰਘ ਭੌਰਾ ਜਿੱਤੇ, ਫਿਰ ਲਗਭਗ 28 ਸਾਲ ਬਾਅਦ 1999 ਦੇ ਵਿੱਚ CPI ਦੀ ਟਿਕਟ 'ਤੇ ਹੀ ਭਾਨ ਸਿੰਘ ਭੌਰਾ ਨੇ ਮੁੜ ਤੋਂ ਜਿੱਤ ਦਰਜ ਕੀਤੀ ਸੀ। 1977 ਦੇ ਵਿੱਚ ਪਹਿਲੀ ਵਾਰ ਅਕਾਲੀ ਦਲ ਇੱਥੋਂ ਜਿੱਤੇ, ਫਿਰ 1996 ਅਤੇ 1998 ਅਤੇ ਹੁਣ 2004 ਤੋਂ ਲੈ ਕੇ 2019 ਤੱਕ ਲਗਾਤਾਰ 5 ਵਾਰ ਅਕਾਲੀ ਦਲ ਇਹ ਬਠਿੰਡੇ ਨੂੰ ਜਿੱਤਦਾ ਆ ਰਿਹਾ। 1952 ਤੋਂ 1999 ਤੱਕ 4 ਵਾਰ ਆਜ਼ਾਦ ਉਮੀਦਵਾਰ ਵੀ ਇੱਥੋਂ ਚੋਣ ਜਿੱਤੇ। ਕੁੱਲ ਮਿਲਾ ਕੇ ਬਠਿੰਡਾ ਪਿਛਲੇ 25 ਸਾਲਾਂ ਦੇ ਵਿੱਚ ਅਕਾਲੀ ਦਲ ਦਾ ਮਜ਼ਬੂਤ ਕਿਲਾ ਸਾਬਤ ਹੋਇਆ ਅਕਾਲੀਆਂ ਵਾਸਤੇ। ਇਹਦੇ ਪਿੱਛੇ ਬਾਦਲ ਪਰਿਵਾਰ ਦਾ ਸਿਆਸੀ ਕਦਮ ਆਖਿਆ ਜਾ ਸਕਦਾ ਹੈ ਜਾਂ ਕੱਟੜਪੰਥਕ ਵੋਟਰ ਆਖੇ ਜਾ ਸਕਦੇ ਹੈ। ਬਠਿੰਡਾ ਨੂੰ ਸ਼ਾਇਦ ਇਸ ਗੱਲ ਨਾਲ ਕੋਈ ਬਹੁਤਾ ਮਤਲਬ ਨਹੀਂ ਕਿ ਕੇਂਦਰ ਤੋਂ ਸਰਕਾਰ ਕਿਹਦੀ ਹੈ
ਅਤੇ ਸੂਬੇ 'ਚ ਸਰਕਾਰ ਕਿਸ ਦੀ ਹੈ, ਇਹ ਫੈਸਲਾ ਸ਼ਾਇਦ ਬਠਿੰਡਾ ਦੇ ਵੋਟਰ ਆਪਣੀ ਮਰਜ਼ੀ ਨਾਲ ਕਰਦੇ ਹੋਣਗੇ। ਪਰ ਇੰਨਾ ਹੀ ਨਹੀਂ, ਬਠਿੰਡੇ ਨਾਲ ਬਹਾਦਰ ਪਰਿਵਾਰ ਦੀ ਇੱਜ਼ਤ ਹੁਣ ਦਾਅ 'ਤੇ ਲੱਗੀ ਹੋਈ ਹੈ। 2004 ਤੱਕ ਬਠਿੰਡਾ ਰਿਜ਼ਰਵ ਹਲਕਾ ਰਿਹਾ, ਭਾਵ ਐਸੀ ਉਮੀਦਵਾਰ ਇੱਥੋਂ ਚੋਣ ਮੈਦਾਨ ਵਿੱਚ ਨਿੱਤਰਦਾ ਰਿਹਾ। ਅਕਾਲੀ ਦਲ ਦੀ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ 2004 ਦੇ ਵਿੱਚ ਇੱਥੋਂ ਜਿੱਤ ਦਰਜ ਕੀਤੀ। 2009 ਦੇ ਵਿੱਚ ਬਠਿੰਡਾ ਜਨਰਲ ਹੋ ਗਿਆ। ਪੰਜਾਬ ਦੇ ਵਿੱਚ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਸੀ ਅਤੇ ਇਸੇ ਹੀ ਸਾਲ ਪੰਜਾਬ ਦੀ ਸਭ ਤੋਂ ਵੱਡੀ ਸਿਆਸੀ ਲੜਾਈ ਬਠਿੰਡਾ 'ਚ ਹੋਈ ਸੀ। ਅਕਾਲੀ ਦਲ ਨੇ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਇੱਥੋਂ ਚੋਣ ਮੈਦਾਨ ਵਿੱਚ ਉਤਾਰਿਆ ਤਾਂ ਕਾਂਗਰਸ ਨੇ ਚੁਣੌਤੀ ਦੇਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਉਹਨਾਂ ਦੇ ਮੁਕਾਬਲੇ ਪਟਿਆਲੇ ਤੋਂ ਲਿਆ ਕੇ ਖੜ੍ਹਾ ਕਰ ਦਿੱਤਾ। ਹਰਸਿਮਰਤ ਕੌਰ ਬਾਦਲ ਨੇ 1,20,000 ਅਤੇ 948 ਵੋਟਾਂ ਦੇ ਫਰਕ ਨਾਲ ਰਣਇੰਦਰ ਸਿੰਘ ਨੂੰ ਹਰਾ ਦਿੱਤਾ। ਅਗਲੀਆਂ ਦੋ ਚੋਣਾਂ 2014 ਅਤੇ 2019 'ਚ ਫਿਰ ਬੀਬਾ ਹਰਸਿਮਰਤ ਕੌਰ ਬਾਦਲ ਜਿੱਤੇ, ਪਰ ਇਹ ਜਿੱਤ ਦਾ ਅੰਤਰ ਲਗਾਤਾਰ ਘਟਦਾ ਹੀ ਗਿਆ। ਇੱਕ ਵਾਰ 19,000 ਅਤੇ ਦੂਸਰੀ ਵਾਰ ਤਕਰੀਬਨ 21,000 ਵੋਟ ਫੀਸਦੀ, ਸਿਰਫ 1% ਮਾਰਜਨ ਸੀ ਜਿੱਤ ਹਾਰ 'ਚ। ਕਾਂਗਰਸ ਨੇ ਦੋਵੇਂ ਵਾਰ ਅਕਾਲੀ ਦਲ ਦਾ ਕਿਲਾ ਢਾਉਣ ਦੇ ਵਾਸਤੇ ਆਪਣੇ ਰਣਨੀਤੀ ਨੂੰ ਵੱਖਰੇ ਤਰੀਕੇ ਨਾਲ ਉਲੀਕਿਆ। 2014 ਦੇ ਵਿੱਚ ਮਨਪ੍ਰੀਤ ਬਾਦਲ ਭਾਵ ਦਿਓਰ ਪਰਜਾਈ ਆਹਮੋ ਸਾਹਮਣੇ ਸਨ। 2019 ਦੇ ਵਿੱਚ ਹੁਣ ਦੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਉਹਨਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ। ਉਸ ਸਮੇਂ ਇਹ ਦੋਵੇਂ ਹੀ ਬਾਦਲ ਪਰਿਵਾਰ ਦੇ ਕੱਟੜ ਵਿਰੋਧੀ ਸੀ ਅਤੇ ਹਰ ਹਾਲ ਦੇ ਵਿੱਚ ਸ਼ਾਇਦ ਇਹ ਜਿੱਤ ਨੂੰ ਯਕੀਨੀ ਬਣਾਉਣਾ ਵੀ ਚਾਹੁੰਦੇ ਹੋਣਗੇ। ਇਹਨਾਂ ਨੇ ਪੂਰੀ ਸਿਆਸੀ ਵਾਹ ਵੀ ਲਾਈ ਹੋਊਗੀ, ਪਰ ਸਿਰਫ ਥੋੜ੍ਹੇ ਥੋੜ੍ਹੇ ਫਰਕ ਨਾਲ ਇਹ ਚੋਣਾਂ ਹਾਰੇ। ਪਰ 2024 ਦੇ ਵਿੱਚ ਬਠਿੰਡਾ ਸਿਆਸੀ ਤੌਰ 'ਤੇ ਉਹ ਪਹਿਲਾਂ ਬਾਰੇ ਸਮੀਕਰਨ ਨਹੀਂ, ਇਹ ਵੀ ਬਦਲ ਚੁੱਕੇ ਨੇ। ਸਿਆਸੀ ਕੱਟੜ ਦੁਸ਼ਮਣੀ ਦੀ ਕੁੜੱਤਣ ਹੁਣ ਖਤਮ ਵੀ ਹੋ ਚੁੱਕੀ ਹੈ। 1997 ਤੋਂ 2019 ਤੱਕ ਅਕਾਲੀ ਦਲ ਨੇ ਭਾਜਪਾ ਦੇ ਨਾਲ ਮਿਲ ਕੇ ਚੋਣਾਂ ਲੜੀਆਂ ਨੇ। ਜੇ ਆਪਾਂ ਗੱਲ ਕਰੀਏ ਸ਼ਹਿਰਾਂ 'ਚ ਤਾਂ ਭਾਜਪਾ ਦੀਆਂ ਵੋਟਾਂ ਅਕਾਲੀ ਦਲ ਦੇ ਉਮੀਦਵਾਰ ਨੂੰ ਮਿਲਦੀਆਂ ਰਹੀਆਂ ਅਤੇ ਪੇਂਡੂ ਵੋਟ ਅਕਾਲੀ ਦਲ ਦੀ ਸੀ, ਭਾਵ ਇਹਨਾਂ ਦਾ ਵੋਟ ਬੈਂਕ ਸੀ। ਬਠਿੰਡਾ ਲੋਕ ਸਭਾ ਹਲਕੇ 'ਚ ਬਠਿੰਡਾ ਸ਼ਹਿਰੀ ਅਤੇ ਮਾਨਸਾ ਹਿੰਦੂ ਭਾਈਚਾਰੇ ਦੀ ਵੋਟ ਇੱਥੇ ਵੱਡੀ ਗਿਣਤੀ 'ਚ ਹੈ। ਮੋਦੀ ਵੇਵ ਦੇ ਵਿੱਚ ਵੀ ਹਰਸਿਮਰਤ ਨੂੰ ਪਿਛਲੀਆਂ ਦੋ ਚੋਣਾਂ ਦੇ ਵਿੱਚ ਕਾਫੀ ਲਾਭ ਮਿਲਿਆ, ਵੋਟਾਂ ਪਈਆਂ। ਜੇਕਰ 2019 ਦੇ ਨਤੀਜਿਆਂ 'ਤੇ ਨਜ਼ਰ ਮਾਰੀਏ ਤਾਂ 2019 ਦੇ ਵਿੱਚ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਸ਼ਹਿਰੀ ਤੋਂ 63,000 ਵੋਟ ਮਿਲੇ ਸੀ, ਜਦੋਂ ਕਿ ਕਾਂਗਰਸ ਨੂੰ 69,000 ਵੋਟਾਂ ਪਈਆਂ। ਮਾਨਸਾ 'ਚ ਹਰਸਿਮਰਤ ਕੌਰ ਬਾਦਲ ਨੂੰ 56,000, ਜਦੋਂ ਕਿ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਨੂੰ 69,000 ਵੋਟਾਂ ਪਈਆਂ ਸੀ। ਪਰ ਇਸ ਵਾਰ ਅਕਾਲੀ ਦਲ ਅਤੇ ਭਾਜਪਾ ਵੱਖਰੇ ਵੱਖਰੇ ਹੋ ਕੇ ਚੋਣ ਲੜ ਰਹੇ ਨੇ, ਲੰਬੇ ਅਰਸੇ ਤੋਂ ਬਾਅਦ ਇਕੱਲੇ ਇਕੱਲੇ ਚੋਣ ਲੜ ਰਹੇ ਨੇ, ਭਾਵ ਅਕਾਲੀਆਂ ਦੀਆਂ ਅਤੇ ਭਾਜਪਾ ਦੀਆਂ ਵੋਟਾਂ ਵੰਡੀਆਂ ਜਾਣਗੀਆਂ। ਪਰ ਕਾਂਗਰਸ ਦੇ ਹਿੰਦੂ ਅਤੇ ਸਿੱਖ ਵੋਟਰਾਂ 'ਤੇ ਇਹਦਾ ਅਸਰ ਸ਼ਾਇਦ ਘੱਟ ਦੇਖਣ ਨੂੰ ਮਿਲੇ। ਹੁਣ ਵਿਰੋਧੀਆਂ ਦੇ ਉਮੀਦਵਾਰ ਕਿਹੋ ਜਿਹੇ ਨੇ, ਹਰਸਿਮਰਤ ਬਾਦਲ ਵਾਸਤੇ, ਬਾਦਲ ਪਰਿਵਾਰ ਵਾਸਤੇ ਕੀ ਇਹ ਸੰਜੀਵਨੀ ਬੂਟੀ ਨੇ, ਹੁਣ ਇਹਨਾਂ 'ਤੇ ਨਜ਼ਰ ਮਾਰਨੀ ਪਏਗੀ। ਬਠਿੰਡਾ ਲੋਕ ਸਭਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਪਹਿਲਾਂ ਵੀ ਚੋਣ ਮੈਦਾਨ ਵਿੱਚ ਨਿੱਤਰਦੇ ਰਹੇ, 3 ਵਾਰ ਜਿੱਤੇ ਅਤੇ 4ਥੀ ਵਾਰ ਫਿਰ ਚੋਣ ਮੈਦਾਨ 'ਚ ਨੇ। ਉਹਨਾਂ ਵਾਸਤੇ ਕੁਝ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਗੱਲ ਚੰਗੀ ਹੈ ਕਿ ਉਹਨਾਂ ਦੇ ਮੁਕਾਬਲੇ ਕੋਈ ਵੱਡੇ ਕੱਦ ਵਾਲਾ ਉਮੀਦਵਾਰ ਨਹੀਂ। 2014 ਅਤੇ 2019 ਵਾਂਗ ਜਿਨ੍ਹਾਂ ਨੂੰ ਗੇਮ ਚੇਂਜਰ ਮੰਨਿਆ ਜਾਵੇ,
ਸਿਆਸੀ ਮਾਹਿਰ ਇਸ ਨੂੰ ਸੁਖਬੀਰ ਬਾਦਲ ਦਾ ਇਲੈਕਸ਼ਨ ਮੈਨੇਜਮੈਂਟ ਦੱਸ ਰਹੇ ਨੇ ਅਤੇ ਕੁਝ ਵਿਰੋਧੀਆਂ ਨਾਲ ਸੈਟਿੰਗ ਵੀ ਦੱਸ ਰਹੇ ਨੇ। ਕਈਆਂ ਦਾ ਕਹਿਣਾ ਹੈ ਕਿ 2022 ਦੇ ਵਿੱਚ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਇੱਕ ਵੱਡੀ ਸਿਆਸੀ ਧਿਰ ਬਣ ਕੇ ਉਭਰੀ, ਉਹਦੇ ਤੋਂ ਬਾਅਦ ਅਕਾਲੀ ਦਲ ਅਤੇ ਕਾਂਗਰਸ ਨੇ ਅੰਦਰ ਖਾਤੇ ਹੱਥ ਮਿਲਾਏ ਹੋਏ ਨੇ, ਭਾਵੇਂ ਕਿ ਇਹ ਆਪ ਅਤੇ ਕਾਂਗਰਸ 'ਤੇ ਮਿਲਣ ਦੀਆਂ ਗੱਲਾਂ ਕਰਦੇ ਆ ਅਤੇ ਦੋਸ਼ ਲਾਉਂਦੇ ਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਹਿਲਾਂ ਹਰਸਿਮਰਤ ਕੌਰ ਬਾਦਲ ਨੂੰ ਫਿਰੋਜ਼ਪੁਰ ਸ਼ਿਫਟ ਕਰਨ ਦੇ ਬਾਰੇ ਸੋਚਿਆ, ਕਿਉਂਕਿ ਫਿਰੋਜ਼ਪੁਰ ਵੀ ਇਹਨਾਂ ਦਾ ਮਜ਼ਬੂਤ ਗੜ੍ਹ ਹੈ, ਕਿਲ੍ਹਾ ਹੈ। ਪਰ ਦੱਸਿਆ ਜਾ ਰਿਹਾ ਹੈ ਕਿ ਹਰਸਿਮਰਤ ਕੌਰ ਬਾਦਲ ਉੱਥੇ ਜਾਣ ਤੋਂ ਅੜ ਗਏ। ਆਖਿਰਕਾਰ ਉਹਨਾਂ ਨੂੰ ਬਠਿੰਡਾ ਤੋਂ ਹੀ ਉਮੀਦਵਾਰ ਐਲਾਨਿਆ ਗਿਆ। ਉਹਨਾਂ ਨੇ ਆਖਿਆ ਸੀ ਕਿ ਜੇ ਮੈਂ ਚੋਣ ਲੜੀ ਤਾਂ ਬਠਿੰਡਾ ਤੋਂ ਲੜਾਂਗੀ, ਪਰ ਫੈਸਲਾ ਪਾਰਟੀ ਕਰੇਗੀ। ਦਰਅਸਲ ਅਕਾਲੀ ਦਲ ਵਿਰੋਧੀ ਧਿਰ ਦੇ ਉਮੀਦਵਾਰਾਂ ਦੇ ਨਾਮ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਕਿਹੜੀ ਪਾਰਟੀ 'ਚੋਂ ਕੌਣ ਆਵੇ। ਕਾਂਗਰਸ ਦੇ ਵੱਲੋਂ ਰਾਜਾ ਵੜਿੰਗ ਜਾਂ ਉਹਨਾਂ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ, ਹੋ ਸਕਦਾ ਸੀ ਕਿ ਇਹਨਾਂ ਦਾ ਨਾਮ ਅਨਾਊਂਸ ਕਰ ਦਿੱਤਾ ਜਾਵੇ। ਅਤੇ ਨਾਲੋਂ ਨਾਲ ਗੱਲ ਚੱਲ ਰਹੀ ਸੀ ਕਿ ਸਿੱਧੂ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਵੀ ਇੱਥੋਂ ਕਾਂਗਰਸ ਆਪਣਾ ਉਮੀਦਵਾਰ ਐਲਾਨ ਸਕਦੀ ਹੈ। ਪਰ ਫਿਰ ਆਖਰਲੇ ਜਿਹੜੇ 48 ਕੁ ਘੰਟੇ ਸੀ, ਤਲਵੰਡੀ ਸਾਬੋ ਦੇ 4 ਵਾਰ ਦੇ ਵਿਧਾਇਕ ਅਤੇ ਪਿਛਲੀਆਂ 2 ਚੋਣਾਂ ਲਗਾਤਾਰ ਹਾਰਨ ਵਾਲੇ ਜੀਤ ਮਹਿੰਦਰ ਸਿੱਧੂ ਨੂੰ ਕਾਂਗਰਸ ਇੱਥੋਂ ਆਪਣਾ ਚੁੱਪ ਚਪੀਤੇ ਉਮੀਦਵਾਰ ਐਲਾਨ ਦਿੰਦੀ ਹੈ। ਅਕਾਲੀਆਂ ਨੇ ਸੋਚਿਆ ਕਿ ਅੱਧੀ ਲੜਾਈ ਤਾਂ ਆਪਾਂ ਜਿੱਤ ਲਈ। ਹਾਲਾਂਕਿ ਸਿੱਧੂ ਮੂਸੇਵਾਲ ਦੇ ਪਿਤਾ ਨੇ ਇਹਦੇ 'ਤੇ ਨਾਰਾਜ਼ਗੀ ਪ੍ਰਗਟਾਈ ਸੀ, ਜਿਹੜੇ ਕਿ ਬਾਅਦ 'ਚ ਕਹਿੰਦੇ ਨੇ ਮੈਂ ਤਾਂ ਚੋਣਾਂ ਲੜਨੀਆਂ ਨਹੀਂ ਸੀ ਚਾਹੁੰਦਾ। ਹਾਲਾਂਕਿ ਕਿੰਨਾ ਸੱਚ ਅਤੇ ਕਿੰਨਾ ਝੂਠਾ ਉਹਨਾਂ ਦੇ ਬਿਆਨ ਜੇਕਰ ਫਰੋਲੀਏ ਤਾਂ ਪਤਾ ਲੱਗ ਸਕਦਾ। ਜੇਕਰ ਉਹ ਚੋਣ ਲੜਨੀ ਨਹੀਂ ਸੀ ਚਾਹੁੰਦੇ, ਜੇਕਰ ਉਹ ਨਾਰਾਜ਼ ਨਹੀਂ ਸਨ, ਤਾਂ ਫਿਰ ਇਹ ਖਬਰਾਂ ਕਿਉਂ ਆਈਆਂ ਕਿ ਉਹ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਪੇਪਰ ਤਿਆਰ ਕਰਵਾ ਰਹੇ ਨੇ? ਅਤੇ ਜੇਕਰ ਉਹ ਨਾਰਾਜ਼ ਨਹੀਂ ਸਨ, ਚੋਣ ਲੜਨੀ ਨਹੀਂ ਸੀ ਚਾਹੁੰਦੇ, ਤਾਂ ਫਿਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਪੰਜਾਬ 'ਚ ਵਿਰੋਧੀ ਧਿਰ ਦੇ ਆਗੂ ਨੇ, ਉਹਨਾਂ ਨੂੰ ਬਲਕੌਰ ਸਿੰਘ ਸਿੱਧੂ ਦੇ ਘਰ ਜਾ ਕੇ ਬੰਦ ਕਮਰਾ ਮੀਟਿੰਗ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਕਿਉਂ ਇਹ ਕਹਿਣਾ ਪਿਆ ਅਤੇ ਕਹਾਉਣਾ ਪਿਆ ਕਿ ਇਹ ਮੰਨ ਗਏ ਨੇ, ਹੁਣ ਬਲਕੌਰ ਸਿੰਘ ਸਿੱਧੂ ਆਪਣੀ ਅਗਲੀ ਰਣਨੀਤੀ ਬਾਰੇ ਦੱਸਣਗੇ। ਕਹਿਣ ਦਾ ਭਾਵ ਉਹਨਾਂ ਨੂੰ ਉਹਨਾਂ ਦੇ ਘਰ ਜਾ ਕੇ ਰਾਜ਼ੀ ਕੀਤਾ ਗਿਆ ਕਿ ਉਹ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਨਹੀਂ ਲੜਨਗੇ। ਦੂਜੇ ਪਾਸੇ ਭਾਜਪਾ ਦਾ ਜ਼ਿਕਰ ਕਰੀਏ, ਭਾਜਪਾ ਨੇ ਇੱਥੋਂ ਟਕਸਾਲੀ ਅਕਾਲੀ ਆਗੂ ਨੇ ਸਿਕੰਦਰ ਸਿੰਘ ਮਲੂਕਾ, ਉਹਨਾਂ ਦੀ ਨੂੰਹ ਜਿਹੜੀ ਕਿ ਸਾਬਕਾ IAS ਨੇ ਪਰਮਪਾਲ ਕੌਰ ਮਲੂਕਾ ਨੂੰ ਭਾਜਪਾ ਦੇ ਵਿੱਚ ਸ਼ਾਮਿਲ ਕੀਤਾ ਅਤੇ ਨਾਲ ਦੀ ਨਾਲ ਟਿਕਟ ਦਿੱਤੀ। ਹਾਲਾਂਕਿ ਪਰਮਪਾਲ ਕੌਰ ਮਲੂਕਾ ਦਾ ਕਹਿਣਾ ਸੀ ਕਿ ਉਹ ਚੋਣ ਲੜਨ ਵਾਸਤੇ ਭਾਜਪਾ ਵਿੱਚ ਸ਼ਾਮਿਲ ਨਹੀਂ ਹੋਏ। ਸਿਕੰਦਰ ਸਿੰਘ ਮਲੂਕਾ ਦੇ ਨੂੰਹ ਅਤੇ ਪੁੱਤ ਭਾਜਪਾ ਵਿੱਚ ਸ਼ਾਮਿਲ ਹੋਏ, ਪਰ ਸਿਕੰਦਰ ਸਿੰਘ ਮਲੂਕਾ ਦੀਆਂ ਉਹਨਾਂ ਨੇ ਮੁਸ਼ਕਲਾਂ ਜ਼ਰੂਰ ਵਧਾਈਆਂ। ਸਿਕੰਦਰ ਸਿੰਘ ਮਲੂਕਾ ਉਸ ਦਿਨ ਤੋਂ ਖੁੱਲ੍ਹ ਕੇ ਨਾ ਆਪਣੀ ਨੂੰਹ ਦੇ ਹੱਕ ਵਿੱਚ ਨਾ ਅਕਾਲੀ ਦਲ ਦੇ ਹੱਕ ਵਿੱਚ ਕਿਧਰੇ ਨਜ਼ਰ ਆ ਰਹੇ ਨੇ। ਇਹ ਵੀ ਕਿਤੇ ਨਾ ਕਿਤੇ ਕੁਝ ਮਾਹਿਰਾਂ ਦਾ ਮੰਨਣਾ ਕਿ ਹਰਸਿਮਰਤ ਦੇ ਹੱਕ ਵਿੱਚ ਜਾ ਰਿਹਾ, ਕਿਉਂਕਿ ਭਾਵੇਂ ਮਲੂਕਾ ਦਾ ਸਿਆਸੀ ਕੱਦ ਬਠਿੰਡਾ ਦੇ ਬੋਰਡ ਅਤੇ ਰਾਮਪੁਰਾ ਫੂਲ 'ਚ ਚੰਗਾ ਹੈ, ਪਰ ਨੂੰਹ ਦਾ ਸਿਆਸੀ ਕੱਦ ਏਡਾ ਵੱਡਾ ਹੈ ਨਹੀਂ ਕਿ ਉਹ ਹਰਸਿਮਰਤ ਕੌਰ ਬਾਦਲ ਨੂੰ ਟੱਕਰ ਦੇ ਸਕੇ। ਦੂਸਰੀ ਗੱਲ, ਕਿਸਾਨਾਂ ਦੇ ਵਿਰੋਧ ਦਾ ਲਗਾਤਾਰ ਪਰਮਪਾਲ ਅਤੇ ਭਾਜਪਾ ਨੂੰ ਵਿਰੋਧ ਕਰਨਾ ਪੈ ਰਿਹਾ, ਨਾ ਪਿੰਡਾਂ 'ਚ ਨਾ ਸ਼ਹਿਰਾਂ 'ਚ ਖੁੱਲ੍ਹ ਕੇ ਉਹ ਪ੍ਰਚਾਰ ਤੱਕ ਨਹੀਂ ਕਰ ਪਾ ਰਹੇ। ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕਰੀਏ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਲੱਖਾ ਸਿਧਾਣਾ ਨੂੰ ਇੱਥੋਂ ਆਪਣਾ ਉਮੀਦਵਾਰ ਐਲਾਨਿਆ। ਲੱਖਾ ਸਿਧਾਣਾ ਨੇ ਮੌੜ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ, ਦੂਸਰੇ ਨੰਬਰ 'ਤੇ ਰਹੇ ਸੀ, ਅਤੇ ਲੱਖੇ ਨੂੰ 2024 ਦੇ ਵਿੱਚ ਹੁਣ ਪੰਥਕ ਵੋਟਾਂ ਮਿਲ ਸਕਦੀਆਂ ਨੇ,
ਜਿਹੜੀਆਂ 2019 ਦੇ ਵਿੱਚ ਕਿਤੇ ਨਾ ਕਿਤੇ ਸੁਖਪਾਲ ਖਹਿਰਾ ਨੂੰ ਵੀ ਪਈਆਂ ਸੀ। ਸੁਖਪਾਲ ਖਹਿਰਾ ਨੂੰ ਲਗਭਗ 38,000 ਵੋਟਾਂ ਪਈਆਂ ਸੀ ਅਤੇ ਰਾਜਾ ਵੜਿੰਗ ਸਿਰਫ 21,000 ਵੋਟਾਂ ਦੇ ਫਰਕ ਨਾਲ ਹਰਸਿਮਰਤ ਕੌਰ ਬਾਦਲ ਤੋਂ ਹਾਰੇ ਸੀ। ਇੱਥੇ ਵੀ ਹਰਸਿਮਰਤ ਬਾਦਲ ਨੂੰ ਲੱਖੇ ਸਧਾੜੇ ਦਾ ਕਿਤੇ ਨਾ ਕਿਤੇ ਫਾਇਦਾ ਹੋ ਸਕਦਾ। ਜਿਹੜੇ ਪੰਥਕ ਵੋਟ ਅਕਾਲੀ ਦਲ ਤੋਂ ਨਾਰਾਜ਼ ਸੀ ਉਹ ਭਾਜਪਾ ਉਹ ਆਪ ਜਾਂ ਕਾਂਗਰਸ ਨੂੰ ਭੁਗਤਣ ਦੀ ਬਜਾਏ ਲੱਖੇ ਸਧਾਣੇ ਨੂੰ ਭੁਗਤ ਸਕਦੇ ਹੈ। ਅਤੇ ਹੁਣ ਗੱਲ ਕਰਦੇ ਹਾਂ ਪੰਜਾਬ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੀ। ਆਮ ਆਦਮੀ ਪਾਰਟੀ ਨੇ ਇੱਥੋਂ ਪੰਜਾਬ ਦੇ ਕੈਬਨਿਟ ਮੰਤਰੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਚੋਣ ਮੈਦਾਨ ਵਿੱਚ ਉਤਾਰਿਆ। ਉਹਨਾਂ ਨੇ 2022 ਦੇ ਵਿੱਚ ਪੰਜਾਬ ਦੀ ਸਿਆਸਤ ਦੇ ਬਾਬਾ ਬੋੜ ਅਖਵਾਉਣ ਵਾਲੇ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹਿਣ ਵਾਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿੰਦਗੀ ਦੀ ਅਖੀਰਲੀ ਚੋਣ 'ਚ ਹਰਾਇਆ, 11,000 ਵੋਟਾਂ ਦੇ ਫਰਕ ਨਾਲ ਜਿੱਤ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁੜ ਤੋਂ ਉਮੀਦ ਹੈ ਕਿ ਖੁੱਡੀਆਂ ਹੀ ਸੀ ਜਿਹੜੇ ਇਹ ਕ੍ਰਿਸ਼ਮਾ ਕਰ ਸਕੇ ਅਤੇ ਹੁਣ ਲੋਕ ਸਭਾ ਦੇ ਵਿੱਚ ਕੀ ਕ੍ਰਿਸ਼ਮਾ ਕਰ ਦਿਖਾਉਣਗੇ ਜਾਂ ਨਹੀਂ। ਬੀਤੇ ਦਿਨੀ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਆਖਿਆ ਸੀ ਕਿ ਪਹਿਲਾਂ ਲੰਬੀ ਵਾਲਿਆਂ ਨੇ ਇਤਿਹਾਸ ਲਿਖ ਦਿੱਤਾ, ਬਠਿੰਡੇ ਵਾਲਿਓ ਹੁਣ ਤੁਸੀਂ ਇਤਿਹਾਸ ਲਿਖ ਸਕਦੇ ਹੋ ਅਤੇ ਦੂਹਰਾ ਇਤਿਹਾਸ ਲਿਖਿਆ ਜਾਏਗਾ। ਇੱਕ ਤਾਂ ਇਹ ਕਿ ਹਰਸਿਮਰਤ ਕੌਰ ਬਾਦਲ ਨੂੰ ਹਰਾਇਆ, ਦੂਸਰਾ ਇਹ ਲਗਾਤਾਰ ਗੁਰਮੀਤ ਸਿੰਘ ਖੁੱਡੀਆਂ ਹੀ ਸੀ ਜਿਹੜੇ ਬਾਦਲ ਪਰਿਵਾਰ ਨੂੰ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ 'ਚ ਹਰਾ ਗਏ। ਇਸੇ ਕਰਕੇ ਸ਼ਾਇਦ ਉਹਨਾਂ ਨੂੰ ਵਜ਼ਾਰਤ ਵਿੱਚ ਵੀ ਥਾਂ ਦਿੱਤੀ ਹੋਈ ਹੈ। ਹੁਣ ਗੁਰਮੀਤ ਸਿੰਘ ਖੁੱਡੀਆਂ ਇੱਥੋਂ ਜੇਕਰ ਚੋਣ ਜਿੱਤਦੇ ਹੈ ਤਾਂ ਬਾਦਲ ਪਰਿਵਾਰ ਨੂੰ ਲਗਾਤਾਰ 2 ਵਾਰ ਹਰਾਉਣ ਦਾ ਰਿਕਾਰਡ ਉਹਨਾਂ ਦੇ ਨਾਮ ਹੋ ਜਾਏਗਾ। ਪਰ ਜੇਕਰ ਗੁਰਮੀਤ ਸਿੰਘ ਖੁੱਡੀਆਂ ਨੂੰ ਇੱਥੋਂ ਹਰਸਿਮਰਤ ਕੌਰ ਬਾਦਲ ਹਰਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਹੈ ਤਾਂ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਹਾਰ ਦਾ ਬਦਲਾ ਲੈਣ ਦੇ ਵਿੱਚ ਕਾਮਯਾਬ ਹੋ ਸਕਦਾ। 2022 ਦੇ ਵਿੱਚ ਬਠਿੰਡਾ ਲੋਕ ਸਭਾ ਹਲਕੇ ਅਧੀਨ ਆਉਣ ਵਾਲੇ 9 ਦੇ 9 ਵਿਧਾਨ ਸਭਾ ਹਲਕਿਆਂ ਦੇ ਜੇਕਰ ਨਤੀਜਿਆਂ ਨੂੰ ਵਾਚੀਏ, ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ, ਤਾਂ ਇੱਥੋਂ ਆਮ ਆਦਮੀ ਪਾਰਟੀ ਦੇ ਹੱਕ 'ਚ ਇੱਕ ਪਾਸੜ ਲੜਾਈ ਸੀ। ਵਿਧਾਨ ਸਭਾ ਚੋਣਾਂ ਦੇ ਦੌਰਾਨ ਬਠਿੰਡਾ ਦੀਆਂ 2 ਗੇਮ ਚੇਂਜਰ ਵਿਧਾਨ ਸਭਾ ਹਲਕੇ ਬਠਿੰਡਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ 63,000 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਸੀ, ਜਦੋਂ ਕਿ ਮਾਨਸਾ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਹੀ ਉਮੀਦਵਾਰ ਵਿਜੇ ਸਿੰਗਲਾ ਨੇ 1,00,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਸੀ ਅਤੇ ਇਹ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡਾ ਜਿੱਤ ਦਾ ਅੰਤਰ ਸੀ। ਮੌੜ ਵਿਧਾਨ ਸਭਾ ਹਲਕੇ 'ਚ ਆਮ ਆਦਮੀ ਪਾਰਟੀ ਦੀ 32,000 ਵੋਟਾਂ ਦੇ ਫਰਕ ਨਾਲ ਜਿੱਤ ਹੋਈ ਸੀ। ਤਲਵੰਡੀ ਸਾਬੋ ਤੋਂ ਆਪ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਨੇ 14,000 ਦੇ ਫਰਕ ਨਾਲ ਚੋਣ ਜਿੱਤੀ ਸੀ। ਭੁੱਚੋ ਮੰਡੀ ਤੋਂ ਆਪ ਵਿਧਾਇਕ ਜਗਸੀਰ ਸਿੰਘ ਨੇ 50,000 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਸੀ। ਬਠਿੰਡਾ ਪੇਂਡੂ ਤੋਂ ਵੀ ਆਮ ਆਦਮੀ ਪਾਰਟੀ ਦੇ ਅਮਿਤ ਰਤਨ ਕੋਟ ਫੱਤਾ ਨੇ 66,000 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਸੀ। ਪਰ 2 ਸਾਲਾਂ ਦੇ ਵਿੱਚ ਸਮੀਕਰਨ ਕਾਫੀ ਬਦਲੇ ਹੈ। ਸਥਾਨਕ ਉਮੀਦਵਾਰ ਵਿਜੇ ਸਿੰਗਲਾ, ਉਹਨਾਂ 'ਤੇ ਭ੍ਰਿਸ਼ਟਾਚਾਰ 'ਤੇ ਦੋਸ਼ ਲੱਗੇ ਅਤੇ ਲਗਭਗ ਉਹ ਸਿਆਸਤ ਵਿੱਚੋਂ ਬਾਹਰ ਨੇ। ਦੂਜਾ, ਸਿੱਧੂ ਮੂਸੇਵਾਲ ਦਾ ਅਸਰ ਬਠਿੰਡਾ ਲੋਕ ਸਭਾ ਵਿੱਚ ਕਿੰਨਾ ਕੁ ਪਵੇਗਾ ਇਹ ਨਤੀਜੇ ਦੱਸਣਗੇ। ਇਹ ਦੇਖਣ ਵਾਲੀ ਗੱਲ ਹੋਏਗੀ ਕਿ ਸਿੱਧੂ ਮੂਸੇਵਾਲ ਦੇ ਜਿਹੜੇ ਫੈਨ ਨੇ, ਵੋਟਰ ਨੇ, ਪਰ ਇੱਥੇ ਇਹ ਵੀ ਗੱਲ ਹੈ ਕਿ ਸਿੱਧੂ ਮੂਸੇਵਾਲਾ ਖੁਦ ਆਮ ਆਦਮੀ ਪਾਰਟੀ ਦੀ ਹਨੇਰੀ 'ਚ ਰੁੜ ਗਏ ਸੀ, ਪਰ ਉਹ ਵੋਟਰ ਕਾਂਗਰਸ ਵਾਲੇ ਪਾਸੇ ਭੁਗਤਣਗੇ, ਉਹ ਵੋਟਰ ਆਮ ਆਦਮੀ ਪਾਰਟੀ ਨੂੰ ਭੁਗਤਣਗੇ, ਉਹ ਲੱਖੇ ਸਧਾਣੇ ਨੂੰ ਭੁਗਤਣਗੇ,
ਉਹ ਭਾਜਪਾ ਨੂੰ ਭੁਗਤਣਗੇ ਜਾਂ ਕਿਸੇ ਪਾਸੇ ਹੋਰ ਭੁਗਤਦੇ ਹੈ। ਅਤੇ ਭਵਿੱਖ ਦੇ ਵਿੱਚ ਅਕਾਲੀ ਦਲ ਅਤੇ ਭਾਜਪਾ ਦੇ ਸਮਝੌਤੇ ਦੀ ਵੀ ਉਮੀਦ ਹੈ, ਇਹਦੇ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਫਿਰ ਇਸ ਤਰ੍ਹਾਂ ਹਿੰਦੂ ਸਿੱਖ ਵੋਟਰ ਦਾ ਜੋੜ ਹਰਸਿਮਰਤ ਨੂੰ ਕਿਤੇ ਨਾ ਕਿਤੇ ਮੁੜ ਤੋਂ ਮਜ਼ਬੂਤ ਉਮੀਦਵਾਰ ਵੀ ਬਣਾ ਸਕਦਾ। ਕੁੱਲ ਮਿਲਾ ਕੇ ਹਰਸਿਮਰਤ ਕੌਰ ਬਾਦਲ ਦੀ ਲੜਾਈ ਮੁਸ਼ਕਲ ਹੈ, ਪਰ ਵਿਰੋਧੀ ਧਿਰ ਤੋਂ ਜਿਹੜੇ ਬਹੁਤੇ ਤਕੜੇ ਉਮੀਦਵਾਰ ਨਾ ਦਿੱਤੇ ਗਏ, ਹੋ ਸਕਦਾ ਕਿ ਇਹਦੇ ਪਿੱਛੇ ਜਿਹੜੇ ਕੁਝ ਸਿਆਸੀ ਮਾਹਰ ਕਹਿੰਦੇ ਨੇ ਕਿ ਸੁਖਬੀਰ ਬਾਦਲ ਦਾ ਕੁਝ ਸਿਆਸੀ ਪੈਂਤੜਾ ਅਤੇ ਕਿਤੇ ਲੈ ਦੇ ਵੀ ਹੋ ਸਕਦੀ ਹੈ, ਕਿਉਂਕਿ ਬਾਦਲ ਪਰਿਵਾਰ 'ਤੇ ਇਹ ਦੋਸ਼ ਕੋਈ ਪਹਿਲੀ ਵਾਰੀ ਨਹੀਂ ਲੱਗ ਰਹੇ। ਇਹ ਪਹਿਲਾਂ ਵੀ ਦੋਸ਼ ਲੱਗਦੇ ਰਹੇ ਨੇ ਕਿ ਪਟਿਆਲਾ ਅਤੇ ਬਠਿੰਡਾ ਸੰਸਦੀ ਹਲਕੇ ਦੇ ਵਿੱਚ ਆਪਸ ਦੇ ਵਿੱਚ ਲੈਣ ਦੇਣ ਕਾਂਗਰਸ ਅਤੇ ਅਕਾਲੀ ਕਰਦੇ ਰਹੇ ਹੈ, ਕਿ ਪਟਿਆਲੇ ਤੋਂ ਅਕਾਲੀ ਦਲ ਦਾ ਅਤੇ ਬਠਿੰਡੇ ਤੋਂ ਕਾਂਗਰਸ ਦਾ ਉਮੀਦਵਾਰ ਕਮਜ਼ੋਰ ਮੈਦਾਨ ਵਿੱਚ ਉਤਰਦਾ ਰਿਹਾ। ਅਤੇ ਇਸ ਵਾਰ ਦੇ ਚੋਣ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ ਅਤੇ ਪੰਜਾਬ ਦੇ ਵਿੱਚ ਵੋਟਾਂ 1 ਜੂਨ ਨੂੰ ਪੈਣਗੀਆਂ। ਸੁਖਬੀਰ ਬਾਦਲ ਇੱਕ ਹੋਰ ਪੈਂਤੜਾ ਵੀ ਵਰਤ ਰਹੇ ਹੈ ਕਿ ਕਾਂਗਰਸ ਨੂੰ ਵੋਟਾਂ ਘੱਟ ਪੈਣ। ਉਹ ਹਰ ਰੈਲੀ ਵਿੱਚ ਇਸ ਗੱਲ ਦਾ ਜ਼ਿਕਰ ਕਰਦੇ ਆ ਕਿ 1 ਜੂਨ ਯਾਦ ਰੱਖਿਓ, ਇਹ ਉਹ ਦਿਨ ਹੈ ਜਦੋਂ 40 ਸਾਲ ਪਹਿਲਾਂ ਕਾਂਗਰਸ ਨੇ ਮੁਕੱਦਸ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ 'ਤੇ ਟੈਂਕ ਚਾੜੇ ਸੀ ਅਤੇ ਤੋਪਾਂ ਬੀੜੀਆਂ ਸੀ। ਵੇਖਣਾ ਹੋਏਗਾ ਕਿ ਇਸ ਵਾਰ ਗੇਮ ਚੇਂਜਰ ਕਿਹੜਾ ਵੋਟਰ, ਕਿਹੜਾ ਉਮੀਦਵਾਰ ਜਿੱਤਣ 'ਚ ਅਤੇ ਕਿਹਨਾਂ ਨੂੰ ਹਰਾਉਣ ਦੇ ਵਿੱਚ ਉਹ ਕਾਮਯਾਬ ਹੁੰਦਾ ਹੈ। ਸੁਖਬੀਰ ਬਾਦਲ ਦਾ ਕਹਿਣਾ ਕਿ ਪਹਿਲੇ 'ਤੇ ਤਾਂ ਅਸੀਂ ਹੈ, ਦੂਜੇ ਤੀਜੇ 'ਤੇ ਕੌਣ ਹੋਏਗਾ ਇਹ ਚੋਣ ਨਤੀਜੇ ਦੱਸਣਗੇ। ਇਹ ਸੀ ਸੰਖੇਪ 'ਚ ਪਿਛਲਾ ਇਤਿਹਾਸ, ਕੌਣ ਕਦੋਂ ਜਿੱਤਦਾ ਰਿਹਾ, ਇਸ ਵਾਰ ਕੀ ਸੰਭਾਵਨਾਵਾਂ ਨੇ ਅਤੇ ਸਮੀਕਰਨ ਸਿਆਸੀ ਕਿਵੇਂ ਬਦਲ ਰਹੇ ਨੇ ਅਤੇ ਓਵਰਨਾਈਟ ਵੀ ਨਤੀਜੇ ਬਦਲ ਜਾਂਦੇ ਨੇ। ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਇਲੈਕਸ਼ਨ ਸਪੈਸ਼ਲ ਰਿਪੋਰਟ ਚੰਗੀ ਲੱਗੀ ਹੋਏਗੀ। ਜੇਕਰ ਚੰਗੀ ਲੱਗੀ ਹੈ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਹੁਣ ਸਮਾਂ ਸਮਾਪਤ ਹੈ, ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਅਤੇ ਰੱਬ ਰਾਖਾ।